ਪਾਠ ਪੋਥੀ ਤੋਂ ਹੀ ਭਾਵ ਗੁਟਕੇ ਤੋਂ ਹੀ ਆਪਾਂ ਕਥਾ ਕਰਾਂਗੇ। ਗੁਟਕਾ ਅੱਖਰ ਅਸੀਂ ਵਰਤਣ ਤੋਂ ਥੋੜ੍ਹਾ ਮਨਾ ਕਰਦੇ ਹਾਂ ਵੀ ਪੋਥੀ ਕਹੀਦਾ, ਕਿਉਂ ਗੁਟਕਾ ਕਈ ਚੀਜ਼ਾਂ ਨੂੰ ਕਿਹਾ ਜਾਂਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਅਸੀਂ ਪੋਥੀ ਕਹੀਏ, ਕਿਉਂ ਗੁਰਬਾਣੀ ਅੰਦਰ ਗੁਟਕਾ ਅੱਖਰ ਕਿਤੇ ਆਇਆ ਨਹੀਂ ਹੈ, ਪੋਥੀ ਪਰਮੇਸ਼ਰ ਕਾ ਥਾਂ ਨਹੀਂ ਆਇਆ। ਪੋਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਨੇ, ਸੈਂਚੀਆਂ ਵੀ ਪੋਥੀ ਹੈ, ਜਿੰਨਾ ਵੀ ਧਾਰਮਿਕ ਲਿਟਰੇਚਰ ਕੁਛ ਵੀ ਆਉਂਦਾ ਪੋਥੀ ਹੈ। ਸੋ ਜਿਵੇਂ SGPC ਵੱਲੋਂ ਜਿਹੜੇ ਬੱਚਿਆਂ ਵਾਸਤੇ ਵੀ ਛੋਟੀਆਂ ਛਾਪੀਆਂ ਗਈਆਂ ਨੇ ਪੋਥੀਆਂ, ਉਹ ਪੋਥੀ ਨੰਬਰ 1, ਪੋਥੀ ਨੰਬਰ 2, ਉਹਦੇ ਉੱਤੇ ਵੀ ਪੋਥੀ ਇਸੇ ਕਰਕੇ ਲਿਖਿਆ ਹੋਇਆ। ਸੋ ਮੂਲ ਮੰਤਰ ਤੱਕ ਆਪਾਂ ਨੇ ਸਾਰਾ ਵਿਸਥਾਰ ਨਾਲ ਅੱਛੀ ਤਰ੍ਹਾਂ ਸਰਵਣ ਕੀਤਾ ਹੈ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ, ਹੁਣ ਉਹ ਗੁਰੂ ਮੰਨਣ ਲੱਗ ਪਏ ਮਹਾਰਾਜ ਨੂੰ, ਬੜੇ ਪਹੁੰਚੇ ਹੋਏ ਨੇ, ਹਰੇਕ ਗੱਲ ਦਾ ਜਵਾਬ ਇਹਨਾਂ ਦੇ ਪਾਸ। ਸੋ ਕਹਿਣ ਲੱਗੇ, ਆਪ ਕਿਰਪਾ ਕਰਕੇ ਦੱਸੋ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਦੱਸੋ। ਸੋ ਪ੍ਰਸ਼ਨ ਜਿਹੜਾ ਹੈ ਉਹਨਾਂ ਦੀ ਬੇਨਤੀ ਇਹ ਹੈ ਕਿ ਕਿਵ ਸਚਿਆਰਾ ਹੋਈ ਹੈ, ਇਹ ਜਿਹੜਾ ਸੱਚ ਦੀ ਪ੍ਰਾਪਤੀ ਵਾਲੇ, ਮੋਖ ਇੱਛਾ ਦੀ ਪ੍ਰਾਪਤੀ ਵਾਲੇ ਕਿਵੇਂ ਹੋ ਸਕੀ ਹੈ। ਕਿਵ ਕੂੜਾ ਟੁੱਟਾ ਪਾਲ, ਜਿਹੜੀ ਕੂੜ ਦੀ ਝੂਠ ਦੀ ਕੰਧ ਹੈ ਮਾਇਆ ਦੀ ਅਤੇ ਪਰਮੇਸ਼ਰ ਦੇ ਵਿਚਕਾਰ, ਜਿਹੜੀ ਅੜਿੱਕਾ ਪਾਉਂਦੀ ਵੱਡਾ ਕੂੜ, ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ, ਇਹ ਕੂੜ ਦੀ ਵੱਟ ਕਹਿ ਲਓ, ਕੂੜ ਦੀ ਕੰਧ ਕਹਿ ਲਓ, ਇਹ ਵਿਚਕਾਰ ਇੱਕ ਪਲਦਾ ਕਹਿ ਲਓ, ਇਹ ਮਹਾਰਾਜ ਕਿਵੇਂ ਟੁੱਟ ਸਕਦਾ। ਕਿਉਂਕਿ ਪਰਮੇਸ਼ਰ ਅਤੇ ਜੀਵ ਅੰਦਰ ਇੱਕੋ ਹੀ ਥਾਂ 'ਤੇ ਬੈਠੇ ਨੇ, ਵਿਚਕਾਰ ਇੱਕ ਪੜਦਾ ਹੈ ਥੋੜ੍ਹਾ ਜਿਹਾ। ਮੈਨੂੰ ਤਾਂ ਉਸ ਪੜਦਿਆਂ ਗਿਆਨ ਨਹੀਂ ਹੈ, ਪਰ ਮਹਾਂਪੁਰਸ਼ਾਂ ਨੇ ਦੱਸਿਆ ਕਿੰਨਾ ਕੁ ਪੜਦਾ, ਪੜਦਾ ਹੈ ਵੀ ਬੜਾ ਬਰੀਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਪਹਿਲਾਂ ਮਹਾਰਾਜ ਦੀ ਸ਼ਾਖ ਲੈ ਲਈਏ, ਮਹਾਰਾਜ ਕਹਿੰਦੇ ਭੰਭੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ। ਭੰਭੀਰੀ ਆ ਇੱਕ ਟਿੱਡਾ ਜਿਹਾ ਘੁੰਮਦਾ, ਟਿੱਡੀਆਂ ਜਿਹੀਆਂ, ਵੱਡੇ ਵੱਡੇ ਟਿੱਡੇ ਜੇ, ਉਹ ਕਾਫੀ ਜਦੋਂ ਅੱਗੇ ਜਾ ਕੇ ਗਰਮੀਆਂ 'ਚ ਆਉਣਗੇ, ਉਹਨਾਂ ਦੇ ਖੰਭ ਬੜੇ ਪਤਲੇ ਪਤਲੇ ਹੁੰਦੇ, ਪਾਰਦਰਸ਼ਕ। ਮਹਾਰਾਜ ਨੇ ਪ੍ਰਮਾਣ ਦਿੱਤਾ ਕਿ ਭੰਭੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ। ਕਹਿੰਦੇ ਜਿਵੇਂ ਭੰਭੀਰੀ ਜਿਹੜੀ ਉੱਡਣ ਵਾਲਾ ਇਹ ਟਿੱਡਾ ਜਿਹਾ ਹੁੰਦਾ, ਇਹਦੇ ਖੰਭ ਜਿੰਨੇ ਹੁੰਦੇ ਨੇ ਪਾਰਦਰਸ਼ਕ ਜੇ, ਪੜਦਾ ਰੂਪ ਵੀ ਹੁੰਦਾ, ਉਹ ਉੱਡਣ ਦਾ ਕੰਮ ਵੀ ਦਿੰਦਾ ਹੈ, ਇੰਨਾ ਕੀ ਪੜਦਾ ਆਪਣੇ ਅੰਦਰ। ਇਹੀ ਪ੍ਰਮਾਣ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਦਿੱਤਾ, ਭਾਵੇਂ ਵੀ ਅਸੀਂ ਉਹਨਾਂ ਦੀ ਸੰਗਤ ਨਹੀਂ ਕੀਤੀ ਹੈ, ਇਹ ਸਾਰੇ ਬਚਨ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਸੇਵਾ ਕੀਤੀ ਹੈ। ਸੋ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਬਚਨ ਨੇ ਇਕੱਲਾ 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 ਇੰਨੇ ਸਮੇਂ ਵਿੱਚ ਸੁਣਾਉਂਦੇ ਹੀ ਰਹੇ, ਸੁਣਾਉਂਦੇ ਹੀ ਰਹੇ। ਪਿਆਜ਼ ਹੈ, ਪਿਆਜ਼ ਆਪਾਂ ਛਿੱਲਦੇ ਹਾਂ, ਪਿਆਜ਼ ਦੇ ਉੱਤੇ ਮੋਟਾ ਛਿਲਕਾ, ਫਿਰ ਇੱਕ ਬਰੀਕ ਜਿਹਾ ਛਿਲਕਾ ਹੁੰਦਾ ਪਿਆਜ਼ ਦੇ ਉੱਪਰ, ਇੰਨਾ ਕੁ ਪੜਦਾ ਕਹਿੰਦੇ ਸਾਡੇ ਅੰਦਰ ਹੈ, ਬ੍ਰਹਮ ਦੇ ਅਤੇ ਜੀਵ ਦੇ ਵਿਚਕਾਰ ਇੰਨਾ ਹੀ ਪੜਦਾ। ਇਸੇ ਪੜਦੇ ਨੂੰ ਜਿਹੜਾ ਪਾਸੇ ਕਰਨਾ ਹੀ ਆਪਣੇ ਲਈ ਔਖਾ ਹੋਇਆ ਪਿਆ, ਕਿਉਂ? ਕਿਉਂਕਿ ਉਹ ਪੜਦਾ ਹੈ, ਕਿਸੇ ਓਪਰੇਸ਼ਨ ਨਾਲ ਨਹੀਂ ਉਹਨੂੰ ਖੋਲ ਸਕਦੇ ਆਪਾਂ, ਕਿਸੇ ਇਹ ਸਰੀਰ ਫਿੱਕਾ ਹੀ ਰਹਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਬਾਰ ਤੋਂ ਫਿਰ ਆਰੰਭ ਕਰ ਲੈਂਦੇ ਹਾਂ। ਸੋ ਮਹਾਰਾਜ ਨੂੰ ਪੁੱਛ ਲਿਆ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ, ਉਹ ਪੜਦਾ ਕਿਵੇਂ ਟੁੱਟੇ, ਕੀ ਇਹ ਪਵਿੱਤਰਤਾ ਰੱਖੀ ਜਾ ਸਕਦੀ ਤਾਂ ਟੁੱਟਦਾ, ਜਾਂ ਮੋਨੀ ਰਹਿਣ ਨਾਲ ਪ੍ਰਾਪਤੀ ਛੇਤੀ ਹੁੰਦੀ ਹੈ, ਜਾਂ ਬਈ ਵਰਤ ਰੱਖਣ ਨਾਲ ਜਾਂ ਭੁੱਖੇ ਰਹਿਣ ਨਾਲ ਪ੍ਰਾਪਤੀ ਹੁੰਦੀ ਹੈ, ਜਾਂ ਹਜ਼ਾਰਾਂ ਕਿਤਾਬਾਂ ਦੀਆਂ ਲੱਖਾਂ ਸਿਆਣਪਾਂ ਪ੍ਰਾਪਤ ਕਰ ਲਈਏ ਤਾਂ ਛੇਤੀ ਪ੍ਰਾਪਤੀ ਹੁੰਦੀ ਹੈ। ਸੋ ਇਹਨਾਂ 'ਚੋਂ ਸੌਖਾ ਤਰੀਕਾ ਦੱਸੋ ਕਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ।
ਸੋ ਮਹਾਰਾਜ ਕਹਿਣ ਲੱਗੇ ਸਰੀਰ ਦੀ ਜਿਹੜੀ ਪਵਿੱਤਰਤਾ ਹੈ ਇੱਕ, ਦੂਸਰੀ ਹੈ ਮਨ ਦੀ। ਸਰੀਰ ਦੀ ਜਿਹੜੀ ਪਵਿੱਤਰਤਾ ਹੈ ਉਹ ਕਦੇ ਹੋ ਹੀ ਨਹੀਂ ਸਕਦੀ, ਕਿਉਂਕਿ ਸਰੀਰ ਜਿਹੜਾ ਹਮੇਸ਼ਾ ਅਪਵਿੱਤਰ ਹੀ ਰਹਿੰਦਾ ਹੈ। ਅੱਖਾਂ ਨੂੰ ਜਿੰਨਾ ਮਰਜ਼ੀ ਧੋ ਲਓ, ਅੱਖਾਂ ਕਦੇ ਸੁੱਚੀਆਂ ਨਹੀਂ ਹੁੰਦੀਆਂ। ਕੰਨਾਂ ਨੂੰ ਜਿੰਨਾ ਮਰਜ਼ੀ ਸਾਫ ਕਰ ਲਓ, ਕੰਨ ਕਦੇ ਸੁੱਚੇ ਨਹੀਂ ਹੁੰਦੇ। ਮੂੰਹ ਨਹੀਂ ਸੁੱਚਾ, ਨੱਕ ਨਹੀਂ ਸੁੱਚਾ, ਅਰੋਮਾ ਵਿੱਚੋਂ ਮੁੜਕਾ ਨਿਕਲਦਾ ਹੀ ਰਹਿੰਦਾ। ਜਿੰਨਾ ਮਰਜ਼ੀ ਨਹਾ ਲਓ ਫਿਰ ਮੁੜਕਾ ਆ ਜਾਣਾ, ਅਤੇ ਬਾਕੀ ਦੂਜੀਆਂ ਕਿਰਿਆਵਾਂ ਜਿਹੜੀਆਂ ਉਹ ਹੁੰਦੀਆਂ ਹੀ ਰਹਿੰਦੀਆਂ ਨੇ। ਲਘੂ ਸ਼ੰਕਾ ਆਦਿਕ ਜਾਣਾ, ਜੰਗਲ ਮੈਦਾਨ ਜਾਣਾ, ਫਿਰ ਜਾਣਾ, ਕਿੰਨਾ ਕੁ ਜਾਓਗੇ ਤੁਸੀਂ, ਕਿੰਨਾ ਕੁ ਨਹਾਓਗੇ ਤੁਸੀਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਪਵਿੱਤਰਤਾ ਰੱਖਣ ਦਾ ਯਤਨ ਕਰਦੇ ਹੋ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਹ ਲੱਖਾਂ ਵਾਰੀ ਦੀ ਪਵਿੱਤਰਤਾ ਜਿੰਨੀ ਮਰਜ਼ੀ ਕਰੀ ਜਾਓ, ਜਿੰਨੀ ਮਰਜ਼ੀ ਕਰੀ ਜਾਓ, ਬੰਦਾ ਆਪਣੇ ਸਰੀਰ ਨੂੰ ਸੁੱਚਾ ਨਹੀਂ ਕਰ ਸਕਦਾ। ਕਾਚੀ ਭੀਤ ਨਾ ਹੋਏ ਸੁੱਧ, ਇਹ ਨਹੀਂ ਸੁੱਚੀ ਹੁੰਦੀ। ਮਾਟੀ ਕਾ ਕਿਆ ਧੁੱਪ ਹੈ ਸਵਾਮੀ, ਮਾਣਸ ਕੀ ਗੱਤ ਇਹੀ। ਇਹ ਸਰੀਰ ਮਿੱਟੀ ਹੈ, ਮਿੱਟੀ ਦੀ ਕੰਧ ਨੂੰ ਧੋਈ ਜਾਓ, ਧੋਈ ਜਾਓ, ਧੋਈ ਜਾਓ, ਉਹਦੇ 'ਚੋਂ ਮਿੱਟੀ ਨਿਕਲਦੀ ਆਉਣੀ ਹੈ। ਸਰੀਰ ਨੂੰ ਧੋਤਿਆਂ ਨਹੀਂ ਕੁਛ ਬਣਦਾ। ਇਸ ਕਰਕੇ ਸਰੀਰ ਤਾਂ ਸਦਾ ਅਪਵਿੱਤਰ ਹੀ ਰਹਿੰਦਾ ਹੈ, ਕਿਉਂਕਿ ਮਨ ਦਾ ਅਤੇ ਸਰੀਰ ਦਾ ਆਪਸ ਵਿੱਚ ਸੰਬੰਧ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨੂੰ ਜਿੰਨਾ ਮਰਜ਼ੀ ਧੋਨੇ ਆ ਸਰੀਰ ਨੂੰ ਆਪਾਂ, ਪਰ ਪਵਿੱਤਰ ਨਹੀਂ ਹੁੰਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਧੋਈ ਜਾਓ, ਹਜ਼ਾਰਾਂ ਡੋਲ ਪਾਈ ਜਾਓ ਸਿਰ ਵਿੱਚ। ਇਹਦੇ ਉੱਤੇ ਬਹੁਤਾ ਨਹੀਂ ਤਾਂ ਇੱਕ ਛੋਟੀ ਮੋਟੀ ਕੋਈ ਸਾਖੀ ਲੱਗ ਜਾਂਦੀ ਹੈ, ਜਿਵੇਂ ਸਵੇਰੇ ਸਵੇਰੇ ਕੋਈ ਜ਼ਿਮੀਂਦਾਰ ਖੇਤਾਂ ਵਿੱਚ ਕੰਮ ਕਰ ਰਿਹਾ, ਤਾਂ ਬ੍ਰਾਹਮਣ ਉੱਧਰੋਂ ਹੋ ਕੇ ਆਇਆ ਬਾਹਰੋਂ, ਜੰਗਲ ਮੈਦਾਨ ਆਦਿਕ ਜਾ ਕੇ ਆਉਂਦਾ, ਕਹਿਣ ਲੱਗੇ ਰਾਮ ਰਾਮ ਪੰਡਿਤ ਜੀ, ਰਾਮ ਰਾਮ ਕਰਤੀ। ਕਹਿਣ ਲੱਗੇ ਬਈ ਪੰਡਿਤ ਕਹਿਣਾ ਬੋਲਦਾ ਹੀ ਨਹੀਂ ਅੱਗੇ, ਕਹਿੰਦੇ ਮੈਂ ਰਾਮ ਰਾਮ ਕਹੀ ਜਵਾਬ ਦਿੱਤਾ। ਉਹ ਹੱਥ ਖੜਾ ਕਰਦਾ, ਉਹ ਖੇਤ ਵਿੱਚ ਖੂਹ ਚੱਲਦਾ ਸੀ, ਉੱਥੇ ਪਾਣੀ ਆਉਂਦਾ ਸੀ, ਉਹਨੇ ਫਿਰ ਕੁਰਲੇ ਕੀਤੇ, ਹੱਥ ਮਾਂਜੇ, ਨਹਾਤਾ, ਫਿਰ ਕਹਿੰਦਾ ਰਾਮ ਰਾਮ। ਕਹਿੰਦਾ ਪਹਿਲਾਂ ਨਹੀਂ ਬੋਲੇ, ਕਹਿੰਦਾ ਮੇਰਾ ਮੂੰਹ ਨਹੀਂ ਸੀ ਸੁੱਚਾ ਪਹਿਲਾਂ, ਮੈਂ ਬਾਹਰ ਜਾ ਕੇ ਆਇਆ ਸੀ। ਅਤੇ ਕਹਿਣ ਲੱਗੇ ਤੂੰ ਵੀ ਨਹੀਂ ਸਵੇਰੇ ਨਹਾਤਾ ਜੱਟ? ਕਹਿੰਦਾ ਅਸੀਂ ਕਿੱਥੇ ਨਹਾਉਂਦੇ, ਅਸੀਂ ਤਾਂ ਕੰਮ ਕਾਰ ਕਰਕੇ ਫਿਰ ਹੀ ਨਹਾਵਾਂਗੇ ਦੁਪਹਿਰੇ ਜਾ ਕੇ ਕਿਤੇ। ਕਹਿਣ ਲੱਗੇ ਵੀ ਐਂ ਨਹੀਂ ਕਰੀਦਾ ਹੁੰਦਾ, ਪਹਿਲਾਂ ਨਹਾਈਦਾ ਹੁੰਦਾ। ਕਹਿੰਦਾ ਵੀ ਸਾਡੇ ਮੱਤ ਅਨੁਸਾਰ ਜਿੱਥੇ ਕਮਾਦ ਹੁੰਦਾ ਬੀਜਿਆ, ਗੰਨਾ ਬੀਜਿਆ ਹੁੰਦਾ, ਉਹਦੇ 'ਚ ਸੂਰ ਜਿਹੜੀ ਮਿੱਟੀ ਪੱਟਦੇ ਨੇ ਉਹ ਮਿੱਟੀ ਪਵਿੱਤਰ ਮੰਨੀ ਆ। ਉਹ ਮਿੱਟੀ ਕਿੰਨੀ ਸਾਰੀ ਲਿਆ ਕੇ ਰੱਖੋ, ਉਹਦੇ ਨਾਲ ਤੁਸੀਂ 101 ਵਾਰੀ ਹੱਥ ਮਾਂਜੋ ਪਹਿਲਾਂ ਆਪਣੇ, ਫਿਰ 101 ਕੁਰਲੀ ਕਰੋ। ਕਹਿੰਦਾ ਫਿਰ 3 ਵਾਰੀ ਰਾਮ ਰਾਮ ਕਹੋ, ਫਿਰ ਬੰਦਾ ਪਵਿੱਤਰ ਹੁੰਦਾ। ਉਹ ਜ਼ਿਮੀਂਦਾਰ ਨੇ ਦੂਜੇ ਦਿਨ ਉਵੇਂ ਹੀ ਕੀਤਾ। ਕਹਿੰਦੇ ਮੈਂ ਜੀ ਅੱਜ 101 ਵਾਰ ਹੱਥ ਮਾਂਜਿਆ, 101 ਕੁਰਲੀ ਕਰ ਲਈ ਹੈ, 3 ਵਾਰ ਰਾਮ ਰਾਮ ਕਹਿ ਲਿਆ, ਤਾਂ ਹੁਣ ਹਾਂ ਕਹਿੰਦੇ ਹੁਣ ਪਵਿੱਤਰ ਹੋਇਆ ਤੇਰਾ ਮੂੰਹ ਜਿਹੜਾ, ਹੁਣ ਰਾਮ ਰਾਮ ਕਹਿ। ਜ਼ਿਮੀਂਦਾਰ ਸ਼ਰਾਰਤੀ ਸੀ, ਉਹਨੇ ਮੂੰਹ 'ਚ ਪਾਣੀ ਭਰ ਕੇ ਬ੍ਰਾਹਮਣ ਦੇ ਉੱਪਰ ਪਚਕਾਰੀ ਮਾਰਤੀ। ਕਹਿੰਦਾ ਇਹ ਕੀ ਕਰਤਾ, ਸਾਰਾ ਜੂਠਾ ਕਰਤਾ ਮੇਰਾ ਤੂੰ। ਲਓ ਇਹਨਾਂ ਇਹਨੇ 101 ਵਾਰ ਮੈਂ ਚੁਗਲੀ ਕੀਤੀ ਹੈ, 101 ਵਾਰ ਹੱਥ ਮਾਂਜੇ ਹੈ, ਰਾਮ ਰਾਮ ਵੀ ਕਿਹਾ, ਹਲੇ ਮੈਂ ਆ ਪਵਿੱਤਰ ਹੀ ਰਹਿ ਗਿਆ, ਹੁਣ ਤੁਸੀਂ ਨਾਲੇ ਕਹਿੰਦੇ ਸੁੱਚਾ ਹੋ ਗਿਆ ਤੂੰ। ਉਹ ਕਹਿੰਦੇ ਇਉਂ ਨਹੀਂ, ਕਹਿੰਦੇ ਫਿਰ ਕਿਵੇਂ? ਕਹਿੰਦੇ ਬੰਦਾ ਤਾਂ ਭਾਈ ਪਵਿੱਤਰ ਹੁੰਦਾ ਹੀ ਨਹੀਂ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਇਸ਼ਨਾਨ ਕਰ ਲਓ, ਇਸ਼ਨਾਨ ਤਾਂ ਸਿਰਫ ਸਾਵਧਾਨਤਾ ਲਈ ਹੈ, ਮੌਕੇ ਦੀ ਪਵਿੱਤਰਤਾ ਲਈ ਹੈ, ਸਦੀਵੀ ਕਾਲ ਇਹ ਸਰੀਰ ਪਵਿੱਤਰ ਨਹੀਂ ਹੁੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਸਿੱਧੋ ਇਉਂ ਪਵਿੱਤਰ ਨਹੀਂ ਹੋਇਆ ਜਾਂਦਾ। ਪਹਿਲਾਂ ਤਾਂ ਸਰੀਰ ਬਾਰੇ ਹੀ ਜ਼ਿਕਰ ਚੱਲਦਾ, ਫਿਰ ਮਨ ਬਾਰੇ ਜ਼ਿਕਰ ਆਉਂਦਾ, ਫਿਰ ਤੀਜੇ ਨੰਬਰ 'ਤੇ ਜਦੋਂ ਮਹਾਰਾਜ ਨੇ ਇਸ ਜਪਜੀ ਸਾਹਿਬ ਦਾ ਪਾਠ ਸਾਰਾ ਸਿੱਧਾਂ ਨਾਲ ਚਰਚਾ ਵਿੱਚ ਹੀ ਉਚਾਰਨ ਕੀਤਾ, ਜਦ ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਕੁਝ ਬੇਨਤੀਆਂ ਕੀਤੀਆਂ, ਫਿਰ ਗੁਰੂ ਅੰਗਦ ਦੇਵ ਜੀ ਨੂੰ ਸਾਰਾ ਪਾਠ ਤਰਤੀਬ ਨਾਲ ਲਵਾਇਆ ਸੀ, ਫਿਰ ਗੁਰਸਿੱਖਾਂ ਵੱਲੋਂ ਪ੍ਰਸ਼ਨ ਆਉਂਦੇ ਨੇ, ਤਾਂ ਪਹਿਲਾਂ ਤਾਂ ਸਿੱਧਾਂ ਵੱਲੋਂ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋ ਇਹ ਨਾਲ ਪਾਠ ਦੀ ਵੀ ਸੁਧਾਈ ਆਪਣੀ ਕਰ ਲੈਣੀ, ਕਿਉਂ
ਵਾਰ ਵਾਰ ਇਹੋ ਜਿਹੇ ਸਮੇਂ ਨਹੀਂ ਆਉਂਦੇ ਸੰਥਿਆ ਦੇ ਸੱਸੇ ਹੋੜਾ ਸੋ ਚੱਚੇ ਦਲਾਈਆਂ ਚੈ ਸੋ ਚੈ ਇਹੀ ਬਸ ਸੰਥਿਆ ਹੈ ਕਿ ਚੇ ਅਤੇ ਚੈ ਦਾ ਹੀ ਫਰਕ ਜਾਣਨਾ ਹੈ ਸੋਚੈ ਸੋਚਣਾ ਹੋਵੇ ਜੇ ਸੋਚੀ ਆਮ ਬੰਦੇ ਜਿੰਨੇ ਵੀ ਸੁਣੋਗੇ ਲਖਵਾਰ ਕਹਿੰਦੇ ਲਖਵਾਰ ਅਤੇ ਊਂ ਜੇ ਉਹਨਾਂ ਨੇ ਲੱਖ ਰੁਪਈਆ ਮੰਗਣਾ ਹੋਵੇ ਫਿਰ ਕਹਿਣਗੇ ਲੱਖ ਰੁਪਈਆ ਚਾਹੀਦਾ ਫਿਰ ਸੋਹਣਾ ਬੋਲਦੇ ਆ ਪਰ ਜਦੋਂ ਵਾਰੀ ਆਉਂਦੀ ਹੈ ਗੁਰਬਾਣੀ ਦੀ ਉਦੋਂ ਕਹਿਣਗੇ ਲਖਵਾਰ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਜੇ ਪਵਿੱਤਰਤਾ ਕਰ ਲਓ ਤਾਂ ਪਵਿੱਤਰਤਾ ਨਹੀਂ ਰਹਿੰਦੀ ਚੁੱਪ ਹੈ ਚੁੱਪ ਨਾ ਹੋ ਬਈ ਕੋਈ ਹੁਣ ਮੋਨੀ ਬਣ ਕੇ ਬੈਠ ਜਾਂਦਾ ਵੀ ਮੈਂ ਚੁੱਪ ਕਰਕੇ ਬੈਠਣਾ ਬੋਲਣਾ ਨਹੀਂ ਪਰ ਅਚਾਨਕ ਜੇ ਲਾਇ ਰਹਾਂ ਲਿਵਤਾਰ ਜੇ ਤੇਲ ਧਾਰਾ ਬੱਤ ਐਂ ਚੁੱਪ ਕਰਕੇ ਸਮਾਧੀ ਲਾ ਕੇ ਬੈਠਾ ਰਹੇ ਫਿਰ ਵੀ ਚੁੱਪ ਨਹੀਂ ਹੁੰਦਾ ਉਹ ਬੰਦਾ ਕਦੇ ਨਾ ਕਦੇ ਸੁੱਤਾ ਉੱਠ ਕੇ ਬੋਲ ਪੈਂਦਾ ਕਿਵੇਂ ਨਾ ਕਿਵੇਂ ਗਲਤੀ ਨਾਲ ਬੋਲ ਪੈਂਦਾ ਬੋਲਿਆ ਜਾਂਦਾ ਮਹਾਰਾਜ ਕਹਿੰਦੇ ਮੌਨ ਕਿੰਨਾ ਕੁ ਰੱਖ ਲਓਗੇ ਤੁਸੀਂ ਮੌਨ ਤਾਂ ਖੰਡਨ ਹੋ ਜਾਂਦਾ ਇਹ ਤਾਂ ਗੂੰਗਾ ਬੰਦਾ ਹੀ ਹੈ ਜਿਹੜਾ ਬੋਲ ਨਹੀਂ ਸਕਦਾ ਉਹੀ ਚੁੱਪ ਰਹਿ ਸਕਦਾ ਜਿਹਦੀ ਜ਼ਬਾਨ ਚੰਗੀ ਭਲੀ ਕੰਮ ਕਰਦੀ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਇੱਕ ਮੋਨੀ ਸੀ ਪਖੰਡੀ ਸੀ ਉਹ ਆ ਗਿਆ ਮਹਾਰਾਜ ਕੋਲ ਇੰਨੀ ਸੰਗਤ ਬੈਠੀ ਭਰੀ ਮਹਾਰਾਜ ਕੋਲ ਆ ਕੇ ਮੱਥਾ ਟੇਕਿਆ ਖੜਾ ਹੋਇਆ ਇੱਕ ਲਈ ਫਿਰਦਾ ਨਾਲ ਪੱਥਰ ਜਿਹਾ ਸਲੇਟ ਵਾਂਗੂ ਉਹਦੇ 'ਤੇ ਲਿਖ ਲਿਖ ਕੇ ਮਹਾਰਾਜ ਨੂੰ ਦਿਖਾਉਂਦਾ ਮੈਂ ਮੋਨੀ ਹਾਂ ਸੋ ਮਹਾਰਾਜ ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ ਭਾਈ ਸੰਤ ਆਏ ਨੇ ਮੋਨੀ ਨੇ ਇੱਕ ਸਿੱਖ ਨੂੰ ਬੁਲਾ ਕੇ ਕਹਿੰਦੇ ਉਰੇ ਆ ਭਾਈ ਇਹਨਾਂ ਮਹਾਂਪੁਰਸ਼ਾਂ ਨੂੰ ਘਰ ਲੈ ਜਾ ਇਹਨਾਂ ਨੂੰ ਅੱਛੀ ਸੇਵਾ ਖਾਤਰ ਕਰੀ ਅੱਛਾ ਪੂਰੀ ਕਚੌਰੀ ਕੜਾਹ ਪ੍ਰਸ਼ਾਦ ਬਣਾ ਖੀਰ ਬਣਾ ਅਤੇ ਚੰਗੀਆਂ ਚੰਗੀਆਂ ਚੀਜ਼ਾਂ ਸ਼ਿਕਾਰ ਬਾਅਦ 'ਚ ਫਿਰ 11 ਰੁਪਈਏ ਭੇਟਾ ਵੀ ਕਰਦੀ ਹੈ ਸੱਤ ਵਚਨ ਮਹਾਰਾਜ ਚਲੋ ਬਾਬਾ ਜੀ ਚਲੋ ਤੁਹਾਨੂੰ ਅੱਜ ਭੋਜਨ ਛਕਾਉਂਦੇ ਹਾਂ ਬਾਬਾ ਜੀ ਤੁਰ ਪਏ ਮਹਾਰਾਜ ਸਿੱਖ ਨੂੰ ਕਹਿੰਦੇ ਉਰਿਆ ਨੇ ਜੋ ਹੋਇਆ ਦੇ ਦੀ ਕੋਈ ਲੋੜ ਨਹੀਂ ਆਪਾਂ ਤੈਨੂੰ ਪਰਖਣਾ ਹੀ ਹੈ ਉਹਨੂੰ ਘਰ ਲੈ ਕੇ ਲਿਆ ਕੇ ਬਿਠਾ ਤਾ ਬੋਰੀ ਵਿਛਾਤੀ ਬੋਰੀ ਵਿਛਾਈ ਹੁਣ ਸਿੱਖ ਦੇ ਘਰੇ ਮੱਕੀ ਦੀਆਂ ਰੋਟੀਆਂ ਬਣੀਆਂ ਹੋਈਆਂ ਮੱਕੀ ਦੀਆਂ ਰੋਟੀਆਂ ਲਿਆ ਕੇ ਹੱਥ 'ਤੇ ਦੋ ਰੱਖੀਆਂ ਉੱਤੇ ਰੱਖਿਆ ਡੇਲਿਆਂ ਦਾ ਅਚਾਰ ਉਹ ਰੁੜਦਾ ਫਿਰੇ ਸਾਰਾ ਹੀ ਇੱਧਰ ਉੱਧਰ ਨੂੰ ਉਹ ਅੰਦਰ ਪਾਣੀ ਲੈਣ ਗਿਆ ਉਹ ਤਾਂ ਸੁੱਟ ਕੇ ਰੋਟੀਆਂ ਭੱਜ ਗਿਆ ਜਾ ਕੇ ਭਰੀ ਸਭਾ ਵਿੱਚ ਮਹਾਰਾਜ ਸਾਹਮਣੇ ਕਹਿੰਦਾ ਕਿਆ ਭੇਜਾ ਹੈ ਹਮਕੋ ਵਾਹਾਂ ਨਾ ਪੂਰੀ ਨਾ ਕਚੌਰੀ ਨਾ ਖੀਰ ਨਾ ਕੜਾਹ ਕੁਛ ਵੀ ਨਹੀਂ ਮਿਲਾ ਹੈ ਕਿਆ ਆਪਕਾ ਸਿੱਖ ਹੈ ਹਮਾਰਾ ਇਤਨਾ ਨਿਰਾਦਰ ਕਰ ਦਿਆ ਹੈ ਮਹਾਰਾਜ ਉੱਚੀ ਉੱਚੀ ਹੱਸ ਪਏ ਸਾਰੀ ਵੀ ਸੰਗਤ ਹੱਸ ਪਈ ਮਹਾਰਾਜ ਕਹਿੰਦੇ ਮੋਨੀ ਜੀ ਤੁਹਾਡਾ ਮੌਨ ਕਹਾਂ ਗਿਆ ਉਹ ਕਹਿੰਦਾ ਮੈਂ ਤਾਂ ਬੋਲ ਪੜਾ ਮਹਾਰਾਜ ਕਹਿੰਦੇ ਬਸ ਆਹੀ ਮੌਨ ਹੈ ਤੇਰੇ ਕੋਲ ਕਹਿੰਦੇ ਲੋਕਾਂ ਨੂੰ ਐਵੇਂ ਦਿਖਾਉਂਦੇ ਸਲੇਟ 'ਤੇ ਲਿਖ ਲਿਖਦਾ ਕਹਿੰਦੇ ਜਦ ਸਲੇਟ 'ਤੇ ਲਿਖਦਾ ਉਦੋਂ ਨਹੀਂ ਬੋਲਿਆ ਜਾਂਦਾ ਉਹ ਵੀ ਤਾਂ ਬੋਲੀ ਹੋ ਜਾਂਦੀ ਅੰਦਰ ਤਾਂ ਬੋਲਦਾ ਹੀ ਆ ਨਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਇਉਂ ਚੁੱਪ ਰਹਿਣ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੈ ਇਹ ਪਰਮੇਸ਼ੁਰ ਦਾ ਵਿਰੋਧ ਹੈ ਜਦ ਉਹਨੇ ਜ਼ੁਬਾਨ ਦਿੱਤੀ ਹੈ ਤਾਂ ਫਿਰ ਆਪਾਂ ਜ਼ਬਾਨ ਬੰਦੀ ਕਰਕੇ ਪਰਮੇਸ਼ੁਰ ਦਾ ਵਿਰੋਧ ਕਰ ਵੀ ਤੂੰ ਸਾਨੂੰ ਰੱਬ ਨੇ ਜ਼ਬਾਨ ਕਿਉਂ ਦਿੱਤੀ ਹੈ ਇਹ ਤਾਂ ਉਹਦਾ ਵਿਰੋਧ ਹੋ ਗਿਆ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜਿਹੜੇ ਭੁੱਖੇ ਰਹਿਣ ਨਾਲ ਬੰਦੇ ਵਰਤ ਰੱਖਦੇ ਨੇ ਉਹਨਾਂ ਦੀ ਭੁੱਖ ਨਹੀਂ ਉੱਤਰਦੀ ਸਰੀਰਕ ਤੌਰ 'ਤੇ ਹੀ ਹਲੇ ਚੱਲ ਰਹੇ ਮਨ ਦੀ ਦਸ਼ਾ ਬਾਅਦ 'ਚ ਕਥਨ ਕਰਦੇ ਹਾਂ ਕਹਿੰਦੇ ਭੁੱਖੇ ਰਹਿਣ ਨਾਲ ਭੁੱਖ ਨਹੀਂ ਉੱਤਰਦੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਬੰਨਾਂ ਪੂਰੀਆਂ ਭਾਰ ਪੂਰੀਆਂ ਦੇ ਸਾਰੇ ਭਾਰ ਜੇ ਬੰਨ ਕੇ ਉਹਨੂੰ ਦੇ ਦਈਏ ਪਦਾਰਥ ਭਾਰ ਤੋਂ ਭਾਵ ਪੰਡਾਂ ਬੰਨ ਦੀਏ ਹੁਣ ਪੂਰੀਆਂ ਇੱਥੇ ਇੱਕ ਤਾਂ ਧਰਤੀ ਆ ਗਈ ਇੱਕ ਦੇਵਤਿਆਂ ਦੀਆਂ ਪੂਰੀਆਂ ਵਿਸ਼ਨੂਪੁਰੀ ਬ੍ਰਹਮਾਪੁਰੀ ਆਦਿਕ ਸਵਰਗਪੁਰੀ ਦੇ ਪਦਾਰਥ ਦੇ ਦਈਏ ਸਾਰੇ ਪਦਾਰਥ ਵੀ ਜੇ ਦੇ ਦਈਏ ਭੁੱਖੇ ਬੰਦੇ ਨੂੰ ਉਹਦੀ ਭੁੱਖ ਨਹੀਂ ਉੱਤਰਦੀ ਹੈ ਕਿਵੇਂ ਜਿਵੇਂ ਸ਼ਿਵ ਜੀ ਨੇ ਚਾਰ ਮੋਮਬੱਤੀਆਂ ਦਿੱਤੀਆਂ ਬੰਦੇ ਨੂੰ ਉਹ ਤਿੰਨ ਥਾਵਾਂ 'ਤੇ ਵੀ ਚੌਥੇ ਪਾਸੇ ਨਾ ਜਾਈ ਉਹ ਤਾਂ ਉਹਨੇ ਜਾਣ ਕੇ ਹੀ ਕਿਹਾ ਸੀ ਵੀ ਬੰਦੇ ਨੂੰ ਲਾਲਚ ਹੁੰਦਾ ਜ਼ਰੂਰ ਜਾਊਗਾ ਇਹ ਪਹਿਲੀ ਮੋਮਬੱਤੀ ਲੈ ਕੇ ਗਿਆ ਜਿੱਥੇ ਬੁੱਝ ਗਈ ਉੱਥੋਂ ਥਾਂ ਪੜਦਾ ਉੱਥੋਂ ਨਿਕਲਿਆ ਹੈ ਪੈਸੇ ਦੂਜੀ ਥਾਂ ਤੋਂ ਫਿਰ ਹੋਰ ਪਦਾਰਥ ਨਿਕਲਿਆ ਹੈ ਵਧੀਆ ਚਾਂਦੀ ਨਿਕਲਿਆ ਜੀ ਫਿਰ ਸੋਨਾ ਨਿਕਲਿਆ ਕਹਿੰਦਾ ਚੌਥੀ ਥਾਂ 'ਤੇ ਜੇ ਜਾਊਂਗਾ ਤਾਂ ਉੱਥੋਂ ਮੈਨੂੰ ਮੇਰਾ ਖਿਆਲ ਹੀਰੇ ਮਿਲਣਗੇ
ਜਦੋਂ ਚੌਥੀ ਥਾਂ ਜਾ ਕੇ ਪੱਟਿਆ ਥੱਲੇ ਭੋਰਾ ਜਾਂ ਨਿਕਲਿਆ, ਥੱਲੇ ਪੌੜੀਆਂ ਉੱਤਰ ਗਿਆ, ਅੱਗੇ ਬੰਦਾ ਸਤੀਰ ਦੇ ਥੱਲੇ ਸਿਰ ਦੇ ਕੇ ਖੜਾ, ਕਹਿੰਦਾ ਬਈ ਤੂੰ ਇੱਥੇ ਖੜਾ, ਇੰਨੇ ਤਾਂ ਇੱਥੇ ਸਮਾਨ ਆ, ਸਮਾਨ ਪਿਆ। ਕਹਿੰਦਾ ਸਮਾਨ ਤਾਂ ਠੀਕ ਹੈ, ਚਾਬੀ ਮੇਰੇ ਕੋਲ ਆ, ਪਰ ਮੈਂ ਸਤੀਰ ਦੇ ਥੱਲੇ ਹਾਂ, ਜੇ ਚਾਬੀ ਦੇ ਲੈਣੀ ਆ ਤਾਂ ਸਤੀਰ ਥੱਲੇ ਮਾੜਾ ਛੱਡਤਾ ਸਹੀ, ਸਾਹ ਤਾਂ ਸੌਖਾ ਆਵੇ ਮੈਨੂੰ। ਫਿਰ ਉਹਨੇ ਆਪਣਾ ਸਿਰ ਦੇ ਲਿਆ ਥੱਲੇ, ਉਹਦੇ ਸਿਰ ਦੇਣ ਦੇ ਨਾਲ ਉਹ ਪੌੜੀਆਂ ਚੜ੍ਹ ਕੇ ਬਾਹਰੋਂ ਨਿਕਲਣ ਲੱਗਿਆ। ਕਹਿੰਦਾ ਚਾਬੀ, ਕਹਿੰਦਾ ਹੁਣ ਚਾਬੀ ਤਾਂ ਉਹੀ ਦਊਗਾ ਜਿਹੜਾ ਤੇਰੇ ਨਾਲ ਵੱਧ ਲਾਲਚੀ ਆਊਗਾ। ਕੋਈ ਤ੍ਰਿਸ਼ਨਾਲੂ ਬੰਦਾ ਹੈ, ਤ੍ਰਿਸ਼ਨਾ ਜਿਹੜੀ ਆ ਨਾ ਇਹ ਤ੍ਰਿਸ਼ਨਾ ਦੀ ਭੁੱਖ ਨਹੀਂ ਉੱਤਰਦੀ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੋਈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ ਸਹਿਸ ਖੱਟੇ, ਲੱਖ ਕੌਟ ਧਾਵੈ ਤ੍ਰਿਪਤ ਨਾਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ, ਖਪ ਖਪ ਕੇ ਮਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭੁੱਖਿਆਂ ਬੰਦਿਆਂ ਦੀ ਭੁੱਖ ਨਹੀਂ ਉੱਤਰਦੀ, ਭਾਵੇਂ ਉਹਨਾਂ ਨੂੰ ਸਾਰਾ ਕੁਝ ਦੇ ਦਿਓ। ਰਾਵਣ ਨੂੰ ਸਭ ਪਦਾਰਥ ਮਿਲ ਗਏ, ਫਿਰ ਸਵਰਗਾਂ ਨੂੰ ਪੌੜੀ ਲਾਉਣ ਲੱਗ ਪਿਆ, ਮੈਂ ਸਵਰਗਾਂ ਨੂੰ ਜਾਣਾ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਇਹਦਾ ਕੋਈ ਅੰਤ ਨਹੀਂ ਹੈ, ਸਭ ਕੁਝ ਪ੍ਰਾਪਤ ਕਰਕੇ ਵੀ ਬੰਦਾ ਭੁੱਖੇ ਦਾ ਭੁੱਖਾ ਹੀ ਰਹਿੰਦਾ। ਇਸ ਕਰਕੇ ਪਹਿਲਾਂ ਬਾਹਰੋਂ ਬਾਹਰੋਂ ਸਮਝਾ ਦਈਏ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇਹ ਬਹੁਤਾ ਇਸ ਹੱਸ ਨਹੀਂ ਕਹਿਣਾ, ਉੱਤੇ ਅਧਿਕ ਲੱਗ ਜਾਣੀ ਹੈ, ਇੰਨਾ ਵੀ ਨਹੀਂ ਆਪਣੇ ਉੱਤੇ ਵੀ ਬਹੁਤਾ ਡੰਡਾ ਸਿਰ 'ਤੇ ਮਾਰ ਰੱਖੇ ਵੀ ਸਾਹਸ ਕਹੋ ਇਹਨੂੰ। ਸਹਿਸ ਦਾ ਹੀ ਵਾਚਕ ਹੈ ਇਹ, ਸਹਿਸ ਸਿਆਣਪਾ ਲੱਖ, ਇਹ ਜਿਹੜਾ ਹੋਹੇ ਅੱਖਰ ਹੈ ਇਹ ਥੋੜ੍ਹਾ ਭੇਦ ਹੈ। ਜੇ ਆਪਾਂ ਹੋਹੇ ਕਹਿੰਦੇ ਹਾਂ ਹਾਹੇ ਨੂੰ ਲਾਂ ਲੱਗਦੀ ਹੈ, ਜੇ ਕਹਿੰਦੇ ਹਾਂ ਹੋ ਹੋ ਤਾਂ ਔਂਕੜ ਲੱਗ ਜਾਂਦਾ ਹਾਹੇ ਨੂੰ, ਆਪਾਂ ਲਾਉਣੀ ਸਿਹਾਰੀ। ਪਿਛਲੇ ਜਿਹੜੇ ਨੇ ਉਹ ਜ਼ਿਆਦਾ ਹੋਹੇ ਕਹੀ ਜਾਂਦੇ ਨੇ, ਉਹ ਲਾਂ ਲਾਈ ਜਾਂਦੀ ਹੈ, ਜਿਹੜੇ ਹੁਣ ਦੇ ਨਵੇਂ ਆਏ ਨੇ ਉਹ ਕਹਿੰਦੇ ਹੋ ਹੋ, ਉਹ ਫਿਰ ਔਂਕੜ ਲੱਗ ਜਾਂਦਾ। ਹੁਣ ਦੋਨਾਂ ਦੀ ਨਿਵਿਰਤੀ ਕਿਵੇਂ ਕਰੀਏ, ਦੋਨਾਂ ਦੀ ਨਿਵਿਰਤੀ ਇਸ ਤਰੀਕੇ ਨਾਲ ਕਰ ਲਈਏ ਵੀ ਹਾਹੇ ਦਾ ਜਿਹੜਾ ਹੋੜਾ ਹੈ, ਹੋੜਾ ਲੰਬੀ ਆਵਾਜ਼ ਦਿੰਦਾ, ਸਿਹਾਰੀ ਦਿੰਦੀ ਛੋਟੀ ਆਵਾਜ਼, ਔਂਕੜ ਦੀ ਆਵਾਜ਼ ਬਿਲਕੁਲ ਛੋਟੀ ਹੈ, ਦੁਲੈਂਕੜਿਆਂ ਦੀ ਆਵਾਜ਼ ਵੱਡੀ ਹੈ, ਸਿਹਾਰੀ ਦੀ ਆਵਾਜ਼ ਛੋਟੀ ਹੈ, ਬਿਹਾਰੀ ਦੀ ਆਵਾਜ਼ ਬਹੁਤ ਵੱਡੀ, ਲੰਬੀ ਜਿੰਨੀ ਮਰਜ਼ੀ ਕਰ ਲਓ, ਹੋੜਾ ਲੰਬੀ ਆਵਾਜ਼ ਦਿੰਦਾ, ਕਨੌੜਾ ਘੱਟ ਆਵਾਜ਼ ਦਿੰਦਾ। ਲਾਂ ਦੀ ਆਵਾਜ਼ ਲੰਬੀ ਹੈ, ਦੁਲਾਈਆਂ ਦੀ ਆਵਾਜ਼ ਛੋਟੀ ਹੈ। ਲਘੂ ਅਤੇ ਦੀਰਘ ਦੋ ਅੱਖਰ ਹੁੰਦੇ ਨੇ, ਇਹ ਲਘੂ ਅੱਖਰ ਛੋਟਿਆਂ ਨੂੰ ਕਹਿੰਦੇ, ਦੀਰਘ ਲੰਬੀ ਆਵਾਜ਼ ਨੂੰ ਕਹਿੰਦੇ। ਜਿੱਥੇ ਲਘੂ ਅਤੇ ਦੀਰਘ ਦਾ ਮਿਲਾਪ ਹੁੰਦਾ ਉਹਨੂੰ ਬੜੇ ਢੰਗ ਨਾਲ ਬੋਲਣਾ ਪੈਂਦਾ। ਹੁਣ ਇਹ ਹਾਹੇ ਦਾ ਹੋੜਾ ਜਿੰਨਾ ਇਹਨੂੰ ਲੰਮਾ ਬੋਲ ਸਕਦਾ ਹੈ, ਲੰਮਾ ਹੀ ਬੋਲ ਦਿਓ। ਜਿਵੇਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਨਾ, ਉੱਥੇ ਵੀ ਇਹੀ ਦੱਸਿਆ ਜਾਂਦਾ, ਵਾਹਵੇ ਦਾ ਕੰਨਾ ਜਿੰਨਾ ਮਰਜ਼ੀ ਲਮਕਾ ਕੇ ਬੋਲ ਦਿਓ, ਇਹ ਹਾਹੇ ਦੀ ਸਿਹਾਰੀ ਛੇਤੀ ਹੋਈ ਚੁੱਕੀ ਜਾਣੀ ਆਪਣੇ ਆਪ ਹੀ। ਇਸ ਕਰਕੇ ਜਿਵੇਂ ਆਪਾਂ ਕਹਿੰਦੇ ਵਾਹੇ, ਹੇ ਛੇਤੀ ਵੀ ਬੋਲਿਆ ਜਾਂਦਾ, ਲੰਮਾ ਕਰ ਦਿਓ ਵਾਹਵੇ ਦੇ ਕੰਨੇ ਨੂੰ। ਜਿੰਨਾ ਦੀਰਘ ਅੱਖਰ ਨੂੰ ਜਿੰਨਾ ਲੰਮਾ ਕਰਾਂਗੇ ਉਹ ਦੂਜੀ ਸਿਹਾਰੀ ਆਪਣੇ ਆਪ ਹੀ ਬੋਲੀ ਜਾਣੀ ਹੈ। ਇੱਥੇ ਵੀ ਸਹਸ ਸਿਆਣਪਾ ਲੱਖ ਹੋਏ, ਹੋ ਲੰਮਾ ਕਰ ਲਓ, ਹਾਏ ਦੀ ਸਿਹਾਰੀ ਆਪਣੇ ਆਪ ਹੀ ਬੋਲ ਜਾਂਦੀ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੋ ਹੈ। ਤਾਂ ਇਹ ਤੱਤੇ ਨੂੰ ਕੰਨਾ ਹੈ ਨਹੀਂ, ਮੁਕਤਾ ਹੈ ਇੱਥੇ। ਇੱਥੇ ਬਹੁਤ ਸਾਰੇ ਪ੍ਰੇਮੀ ਬੋਲਦੇ ਤਾਂ ਇੱਕ ਨਾ ਚੱਲੈ ਨਾਲ, ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਨਾਲ ਨਹੀਂ ਚੱਲਦੀ ਇੱਕ ਵੀ ਸਿਆਣਪ, ਜਿੰਨੀਆਂ ਮਰਜ਼ੀ ਸਿਆਣਪਾਂ ਹੋਣ ਬੰਦੇ ਦੇ ਕੋਲ, ਸਹਿਸ ਤੋਂ ਭਾਵ ਹਜ਼ਾਰਾਂ ਸਿਆਣਪਾਂ ਲੱਖਾਂ ਸਿਆਣਪਾਂ ਹੋਣ, ਇਹ ਇਉਂ ਲਾਉਂਦੇ ਨੇ ਅਰਥ ਜਿਵੇਂ ਹਜ਼ਾਰਾਂ ਪੁਸਤਕਾਂ ਵਿੱਚ ਲੱਖਾਂ ਸਿਆਣਪਾਂ ਦੀਆਂ ਗੱਲਾਂ ਪੜ੍ਹੀ, ਲਾਇਬ੍ਰੇਰੀ ਪੜ੍ਹ ਪੜ੍ਹ ਕੇ ਮੁਕਾ ਦਈਏ ਸਾਰੀ ਸਿਆਣਪਾਂ ਵਰਤ ਲਈਏ, ਪਰ ਮਰਨ ਵੇਲੇ ਇੱਕ ਵੀ ਸਿਆਣਪ ਬੰਦੇ ਨੂੰ ਕੰਮ ਨਹੀਂ ਦਿੰਦੀ। ਅਫਲਾਤੂ ਜਿਵੇਂ ਹੋਇਆ, ਅਫਲਾਤੂ ਨੂੰ ਪਤਾ ਲੱਗ ਗਿਆ ਹੁਣ ਥੋੜ੍ਹੇ ਦਿਨ ਮਰਨਾ ਹੈ, ਬੜਾ ਸਿਆਣਾ ਸੀ ਉਹ, ਬਹੁਤ ਸਿਆਣਾ ਆਦਮੀ ਸੀ। ਅਫਲਾਤੂ ਨੇ ਆਪਣੇ ਵਰਗੇ 45 ਬੁੱਤ ਬਣਾ ਲਏ, ਬਿਲਕੁਲ ਪਤਾ ਨਹੀਂ ਸੀ ਲੱਗਦਾ ਅਫਲਾਤੂ ਖੜਾ ਕਿ ਜਾਂ ਬੁੱਤ ਖੜੇ ਨੇ, ਇੰਨਾ ਸਿਆਣਾ ਆਦਮੀ ਸੀ ਉਹ, ਲੰਮੇ ਪਾ ਲਏ। ਜਿੱਦਣ ਮੌਤ ਨੇ ਆਉਣਾ ਸੀ ਵੀ ਅੱਜ ਮੈਂ ਮਰਨਾ,
ਉਹ ਉਹਨਾਂ ਵਿੱਚ ਲੰਮਾ ਪੈ ਗਿਆ। ਉਹੋ ਜਿਹੇ ਕੱਪੜੇ ਪਾਤੇ, 45 ਬੁੱਤ, 46 ਮਾਪ। ਜਮਦੂਤ ਲੈਣ ਆਏ ਤਾਂ ਜਮਦੂਤ ਵੀ ਭੁਲੇਖਾ ਖਾ ਗਏ। ਇਹ ਤਾਂ ਖਾਈ ਜਾਂਦੇ, ਖੈਰ ਤਾਂ ਆਮ ਵੀ ਖਾ ਜਾਂਦੇ। ਇਹਨਾਂ ਨੂੰ ਐਡਰੈਸ ਜੇ ਦਿੱਤਾ ਹੁੰਦਾ ਵੀ ਸਲਿੱਪ ਮਿਲੀ ਹੁੰਦੀ ਵੀ ਆਹ ਘਰ ਆ, ਆਹ ਨੰਬਰ ਹੈ। ਉਹ ਆ ਕੇ ਉਲਝ ਜੇ ਗਏ ਉੱਥੇ ਧਰਮ ਰਾਜੇ ਕੋਲ, ਵਾਪਸ ਗਏ, ਕਹਿਣ ਵੀ ਉੱਥੇ ਤਾਂ ਪਛਾਣ 'ਚ ਹੀ ਨਹੀਂ ਆਉਂਦਾ, ਉਹ 46 ਹਵਲਾਤੂ ਪਏ ਲੰਮੇ। ਧਰਮ ਰਾਜਾ ਹੱਸ ਪਿਆ, ਕਹਿੰਦਾ ਉਹ ਸਿਆਣਾ ਬਣਦਾ। ਕਹਿੰਦੇ ਮੌਤ ਅੱਗੇ ਸਿਆਣਪ ਨਹੀਂ ਚੱਲਦੀ। ਤੁਸੀਂ ਜਾਓ ਹੁਣ, ਜਾ ਕੇ ਇਉਂ ਕਹਿਣਾ ਵੀ ਆਹ ਪਹਿਲੀ ਮੂਰਤੀ ਨੂੰ ਕਿਹੋ ਇਹ ਕਿੱਡੀ ਸੋਹਣੀ ਬਣਾਈ, ਕਮਾਲ ਹੈ। ਦੂਸਰੀ ਇਹ ਉਸ ਤੋਂ ਵੀ ਸਾਫ਼ ਸੁਥਰੀ, ਤੀਸਰੀ, ਚੌਥੀ, ਪੰਜਵੀਂ, ਇਉਂ ਕਹਿਣ ਵੀ ਬੜੀ ਸੋਹਣੀ। ਪਹਿਲਾਂ ਤੁਸੀਂ 5 ਮੂਰਤੀਆਂ, 6 ਦੀ ਉਪਮਾ ਕਰਦੇ ਹੋ ਬਹੁਤ ਜ਼ਿਆਦਾ। ਉਦੋਂ ਬਾਅਦ 7ਵੀਂ ਮੂਰਤੀ ਜਾ ਕੇ ਨੁਕਸ ਕੱਢਦੇ ਹੋ, ਇਹਦਾ ਥੋੜ੍ਹਾ ਜਿਹਾ ਨੱਕ ਬਿੰਗਾ ਬਣਿਆ, ਬਸ ਉਹ ਜਿਹੜਾ ਅਸਲੀ ਆਪੇ ਫੜਿਆ ਜਾਊਗਾ, ਤੁਹਾਨੂੰ ਪਤਾ ਹੀ ਲੱਗ ਜਾਊਗਾ। ਜਦੋਂ ਜਾ ਕੇ ਉਹਨਾਂ ਨੇ ਕੀਤਾ, ਆਹ ਬੜੀ ਸੋਹਣੀ ਮੂਰਤੀ ਆ, ਇਹਦਾ ਤਾਂ ਦੇਖੋ ਕਿੰਨਾ ਅੱਛਾ ਬਣਾਇਆ, ਕਰਦੇ ਕਰਦੇ 7ਵੀਂ ਮੂਰਤੀ 'ਤੇ ਜਾ ਕੇ ਕਹਿੰਦੇ ਇਹਦਾ ਥੋੜ੍ਹਾ ਜਿਹਾ ਨੱਕ ਬਿੰਗਾ ਬਣ ਗਿਆ, ਕਿਤੇ ਸਿੱਧਾ ਹੁੰਦਾ ਨਾ, ਇਹ ਵੀ ਬੜੇ ਸੋਹਣੇ ਲੱਗਣੇ ਸੀ। 46ਵਾਂ ਫਲਾਤੂ ਉੱਠ ਕੇ ਖੜਾ ਹੋ ਗਿਆ, ਕਹਿੰਦਾ ਕੌਣ ਕਹਿੰਦਾ ਮੈਂ ਨੱਕ ਬਿੰਗਾ ਬਣਾਇਆ? ਕਹਿੰਦੇ ਆ ਜਾ, ਤੈਨੂੰ ਹੀ ਲੈਣ ਆਏ ਹਾਂ, ਤੇਰੀ ਵੀ ਲੋੜ ਹੈ ਹੁਣ। ਇਸ ਕਰਕੇ ਮਹਾਰਾਜ ਕਹਿੰਦੇ ਸਹਿਸ ਸਿਆਣਪਾ ਲੱਖ ਹੋ, ਇਹ ਤਾਂ ਇੱਕ ਨਾ ਚੱਲੇ ਨਾਲ। ਇਹ ਬੋਲਣ ਵਿੱਚ ਜਿੰਨੀ ਮਰਜ਼ੀ ਤੇਜ਼ ਪਾਠ ਕਰੀਏ, ਜਦੋਂ ਪਕਾਇਆ ਹੋਵੇ ਨਾ ਪਾਠ, ਭਾਵੇਂ ਅਸੀਂ ਕਿੰਨੀ ਸਪੀਡ 'ਤੇ ਪਾਠ ਕਰ ਦਈਏ, ਤਾਂ ਇਹ ਹੋ ਇਹ ਅੱਖਰ ਸਾਨੂੰ ਪੱਕੇ ਹੀ ਹੋਇਆ ਵੀ ਹਾਹੇ ਦੀ ਸਿਹਾਰੀ ਨੂੰ ਅਸੀਂ ਬਹੁਤ ਛੇਤੀ ਚੁੱਕ ਲੈਣਾ। ਔਂਕੜ ਬੋਲਣ ਦਾ ਵੀ ਢੰਗ ਹੈ, ਉਹਦੇ ਨਾਲ ਇੱਕ ਨੁਕਸਾਨ ਹੋਊਗਾ। ਜਿਹੜੇ ਵਿਆਕਰਨ ਵਾਲੇ ਔਂਕੜ ਦਲੈਂਕੜ ਛਡਾਈ ਜਾਂਦੇ ਹਨ ਵੀ ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਉਹ ਗਾਂਹ ਜਾ ਕੇ ਨੁਕਸਾਨ ਦੇਣ ਲੱਗ ਜਾਂਦੀਆਂ ਚੀਜ਼ਾਂ, ਤੁਹਾਨੂੰ ਆਪ ਹੀ ਪਤਾ ਲੱਗ ਜੂਗਾ। ਇਹ ਤਾਂ ਹਮੇਸ਼ਾ ਬੰਦੇ ਨੂੰ ਯਾਦ ਹੀ ਰੱਖਣਾ ਚਾਹੀਦਾ ਵੀ ਇੱਥੇ ਔਂਕੜ ਹੈ। ਫਿਰ ਕਦੇ ਅਰਥ ਕਰਨਾ ਪੈ ਜੇ, ਉੱਥੇ ਪੋਥੀ ਕੋਲ ਨਾ ਹੋਵੇ, ਫਿਰ ਲੱਭਦੇ ਫਿਰੋਂਗੇ ਪੋਥੀ 'ਚ, ਦੇਖਦੇ ਹਾਂ ਵੀ ਔਂਕੜ ਹੈ ਕਿ ਨਹੀਂ। ਕਿਉਂ ਭੁੱਲਣਾ, ਔਂਕੜ ਨੂੰ ਵੀ ਨਾਲ ਹੀ ਯਾਦ ਕਰ ਲਓ ਪਹਿਲਾਂ ਹੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਆਣਪਾਂ ਜਿਹੜੀਆਂ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਇਹ ਨਹੀਂ ਕੰਮ ਦਿੰਦੀਆਂ। ਭਗਤ ਬਿਨਾਂ ਬਹੁਤ ਡੁੱਬੇ ਸਿਆਣੇ, ਉਹ ਜਿਹੜੇ ਸਿਆਣੇ ਨੇ ਭਗਤੀ ਤੋਂ ਬਿਨਾਂ ਡੁੱਬ ਜਾਂਦੇ ਨੇ। ਸਿਆਣਪ ਬੰਦੇ ਦੀ ਕਿਸੇ ਕੰਮ ਨਹੀਂ ਆਉਂਦੀ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਸਿਆਣਾ ਹੋਵੇ ਬੰਦਾ, ਉਹ ਫਿਰ ਵੀ ਡੁੱਬ ਹੀ ਜਾਂਦਾ ਹੈ। ਹੁਣ ਮਨ ਦੀ ਇਕਾਗਰਤਾ ਲਈ ਸਤਿਗੁਰੂ ਮਹਾਰਾਜ ਕਹਿੰਦੇ ਦੇਖੋ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਹੁਣ ਪਵਿੱਤਰਤਾ ਰੱਖਦੇ ਸਰੀਰ ਦੀ, ਸਰੀਰ ਦੀ ਪਵਿੱਤਰਤਾ ਰੱਖਣ ਨਾਲ ਹੁਣ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਹੈ। ਹੁਣ ਮਨ ਦੇ ਉੱਤੇ ਵਿਸ਼ਾ ਚੱਲ ਪਿਆ ਆਪਣਾ, ਨਾ ਤਾਂ ਸਰੀਰ ਹੀ ਪਵਿੱਤਰ ਹੁੰਦਾ ਇਸ਼ਨਾਨ ਕਰਨ ਨਾਲ, ਨਾ ਮਨ ਹੀ ਪਵਿੱਤਰ ਹੁੰਦਾ। ਕਿਉਂਕਿ ਜਿੰਨਾ ਮਰਜ਼ੀ ਬਾਹਰੋਂ ਆਪਾਂ ਇਸ਼ਨਾਨ ਕਰੀਏ, ਸਾਬਣ ਮਲੀਏ, ਪਰ ਮਨ ਤਾਂ ਮੈਲਾ ਹੀ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੌਕੀ 68 ਤੀਰਥ ਨਹਾਈ, ਕੌਰਾ ਪੰਥਉ ਨ ਜਾਈ। ਕੌੜ ਤੁੰਬੇ ਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਲਿਆਂਦਾ 68 ਤੀਰਥਾਂ 'ਤੇ, ਪਰ ਉਹ ਕੌੜੇ ਦਾ ਕੌੜਾ ਹੀ ਰਿਹਾ। ਇਹ ਬੰਦੇ ਨੂੰ ਜਿੰਨਾ ਮਰਜ਼ੀ ਨਵਾ ਲਓ, ਜਿੰਨਾ ਮਰਜ਼ੀ ਨਵਾ ਲਓ, ਪਰ ਕਾਮ ਕਰੋ ਲੋ ਮੋਹੰਕਾਰ ਤਾਂ ਨਹੀਂ ਜਾਂਦੇ ਅੰਦਰੋਂ, ਨਾ ਮਨ ਦੀ ਇਕਾਗਰਤਾ ਹੀ ਹੁੰਦੀ ਹੈ। ਜੇ ਇਕੱਲੇ ਇਸ਼ਨਾਨ ਕਰਨ ਨਾਲ ਮਨ ਦੀ ਇਕਾਗਰਤਾ ਹੁੰਦੀ ਤਾਂ ਮਹਾਰਾਜ ਕਹਿੰਦੇ ਸਿੱਧੋ ਡੱਡੂ, ਮੱਛੀਆਂ, ਮਗਰਮੱਛ, ਸਭ ਦਾ ਮਨ ਟਿਕਿਆ ਹੁੰਦਾ, ਫਿਰ ਪਾਣੀ 'ਚ ਰਹਿੰਦੇ ਨੇ ਇਹ। ਇਸ ਕਰਕੇ ਇਸ਼ਨਾਨ ਦੀ ਮਹਾਨਤਾ ਤਾਂ ਇੰਨੀ ਕੀ ਹੈ ਜਿਵੇਂ ਇੱਕ ਜੀਰੋ ਦੀ ਮਹਾਨਤਾ ਹੈ। ਜੀਰੋ ਹੈ ਇਹ, ਏਕਾ ਤਾਂ ਤੁਹਾਨੂੰ ਲਾਉਣਾ ਹੀ ਪੈਣਾ, ਜਿਹੜਾ ਅਸੀਂ ਪਹਿਲਾਂ ਲਾ ਚੁੱਕੇ ਹਾਂ ਇੱਕ ਓਅੰਕਾਰ ਤਾਂ ਕਹਿਣਾ ਹੀ ਪੈਣਾ। ਇਕੱਲੇ ਨਹਾਉਣ ਧੋਣ ਨਾਲ ਮਨ ਦੀ ਪਵਿੱਤਰਤਾ ਨਹੀਂ, ਜੇ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਏ, ਹਜ਼ਾਰਾਂ ਡੋਲੂ ਸਿਰ 'ਚ ਪਾ ਲਏ ਭਰ ਕੇ, ਤਾਂ ਮਨ ਦੀ ਇਕਾਗਰਤਾ ਬਿਲਕੁਲ ਨਹੀਂ ਹੁੰਦੀ। ਸੋ ਮਹਾਰਾਜ ਜੀ ਜੇ ਚੁੱਪ ਰਹੀਏ ਬਿਲਕੁਲ, ਫਿਰ ਮਨ ਨਹੀਂ ਚੁੱਪ ਹੁੰਦਾ। ਮਹਾਰਾਜ ਕਹਿੰਦੇ ਦੇਖੋ ਜਿਹੜੇ ਸੰਕਲਪ ਵਿਕਲਪ ਨੇ ਮਨ ਦੇ, ਇਹ ਤਾਂ ਉੱਠਦੇ ਹੀ ਰਹਿੰਦੇ ਨੇ। ਚੁੱਪ ਹੈ ਚੁੱਪ ਨਾ ਹੋ ਬਈ, ਬਾਹਰੋਂ ਚੁੱਪ ਰਹਿਣ ਨਾਲ ਮਨ ਨਹੀਂ ਚੁੱਪ ਹੁੰਦਾ। ਜਿਵੇਂ ਟੇਪ ਰਿਕਾਰਡ ਚੱਲ ਰਹੀ ਹੈ, ਕਿਸੇ ਨਾਲ ਗੱਲ ਕਰਨੀ ਵਾਲੀਅਮ ਬੰਦ ਕਰ ਦਿੰਦੇ ਹਾਂ ਆਪਾਂ, ਉਹਦੀ ਰੀਲ ਜੀ ਘੁੰਮਦੀ ਰਹਿੰਦੀ ਆ, ਅੰਦਰ ਅੰਦਰ ਤਾਂ ਚੱਲੀ ਜਾਂਦੀ ਆ,
ਵਾਲੀਅਮ ਬੰਦ ਕਰਨਾ ਜੇ ਮੂੰਹ ਬੰਦ ਕਰ ਲਈਏ ਅੰਦਰੋਂ ਮਨ ਦੀ ਰੀਲ ਨਹੀਂ ਬੰਦ ਹੁੰਦੀ, ਮਨ ਤਾਂ ਅੰਦਰੋਂ ਬੋਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ। ਜਿਹੜਾ ਚੁੱਪ ਰਹਿਣਾ ਨਾ, ਇਹ ਵੀ ਕਿਸੇ ਕਿਸੇ ਦੇ ਵੱਸ ਵਿੱਚ ਹੁੰਦਾ। ਬਹੁਤਾ ਲੋਕ ਚੁੱਪ ਵੀ ਨਹੀਂ ਰਹਿ ਸਕਦੇ ਕਿ ਚਲੋ ਜੇ ਚੁੱਪ ਵੀ ਹੋ ਗਿਆ ਤਾਂ ਮਨ ਨਹੀਂ ਚੁੱਪ ਹੁੰਦਾ, ਬੁੜ ਬੁੜ ਕਰੀ ਜਾਣਾ ਬੈਠੇ ਉਹਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਬੱਚਾ ਆਪਾਂ ਲਿਆਉਂਦੇ ਸੰਗਤ ਵਿੱਚ, ਬੱਚਾ ਛੋਟਾ ਜਿਹਾ ਆਇਆ ਉਹਨੂੰ ਬੜਾ ਦਬਕਾ ਚੁੱਪ ਬੋਲਣਾ। ਉਹ ਜੇ ਬੱਚੇ ਦੋ ਬੈਠੇ ਚੁੱਪ ਕਰ ਵੀ ਜਾਣਗੇ, ਇੱਕ ਦੂਜੇ ਨੂੰ ਕੂਹਣੀਆਂ ਜਿਹੀਆਂ ਮਾਰੀ ਜਾਣਗੇ ਜਾਂ ਹੱਸੀ ਜਾਣਗੇ ਜਾਂ ਲੱਤ ਮਾਰ ਛੱਡਣਗੇ, ਕਹਿਣ ਦਾ ਭਾਵ ਕਿ ਅੰਦਰੋਂ ਮਨ ਨਹੀਂ ਚੁੱਪ ਹੁੰਦਾ, ਸੰਕਲਪ ਵਿਕਲਪ ਚੁੱਪ ਨਹੀਂ ਹੁੰਦੇ ਬਾਹਰੋਂ ਮੂੰਹ ਬੰਦ ਕਰਨ ਦੇ ਨਾਲ, ਕਿਉਂਕਿ ਅੰਦਰ ਮਨ ਦੇ ਉੱਤੇ ਪ੍ਰਭਾਵ ਨਹੀਂ ਹੈ ਮੌਨ ਪੁਣੇ ਦਾ। ਮਨ ਦੇ ਉੱਤੇ ਪ੍ਰਭਾਵ ਸਿਰਫ ਨਾਮ ਦਾ ਹੀ ਪੈਂਦਾ। ਸੰਕਲਪ ਵਿਕਲਪ ਚੁੱਪ ਕਰਾ ਦਿਓ। ਇੱਕ ਚੀਜ਼ ਹੋਰ ਹੈ ਕਿ ਅੰਦਰੋਂ ਚੁੱਪ ਹੋ ਜਾਏ ਮਨ ਤਾਂ ਬਾਹਰੋਂ ਬੰਦਾ ਆਪੇ ਹੀ ਚੁੱਪ ਹੋ ਜਾਂਦਾ, ਪਰ ਬਾਹਰੋਂ ਚੁੱਪ ਰਹਿਣ ਨਾਲ ਅੰਦਰੋਂ ਮਨ ਚੁੱਪ ਨਹੀਂ ਹੁੰਦਾ। ਜੇ ਲਾਏ ਰਹਾ ਲਿਵਤਾਰ, ਜੇ ਤੇਲ ਧਾਰਾ ਵੱਤ ਲਾ ਕੇ ਬੈਠੇ ਰਹੀਏ, ਸਮਾਧੀ ਮੋਨੀ ਬਣ ਕੇ ਬੈਠੇ ਰਹੀਏ। ਮਹਾਰਾਜ ਗੁਰਬਾਣੀ 'ਚ ਪ੍ਰਮਾਣ ਦਿੰਦੇ ਨੇ, ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ। ਇਕਾਂਤ ਹੋ ਕੇ ਤਾਂ ਬਹਿ ਗਿਆ ਮੋਨੀ, ਪਰ ਮਨ ਦੇ ਅੰਦਰ ਕਲਪਨਾ ਦੀਆਂ ਗੱਠਾਂ ਭਰੀਆਂ ਪਈਆਂ ਨੇ। ਬੋਲਣ ਨੂੰ ਤੰਗ ਹੁੰਦਾ, ਮੈਂ ਬੋਲਾਂ ਪਰ ਚੁੱਪ ਕਰਨਾ। ਤੇਲ ਧਾਰਾ ਵੱਤ ਇਸ ਕਰਕੇ ਕਿਹਾ ਜਾਂਦਾ ਕਿ ਪਾਣੀ ਨੂੰ ਆਪਾਂ ਜੇ ਉੱਤੋਂ ਡੋਲੀਏ ਨਾ ਤਾਂ ਪਾਣੀ ਦੀ ਧਾਰ ਖਿੰਡਦੀ ਹੈ, ਤੇਲ ਦੀ ਧਾਰ ਖਿੰਡਦੀ ਨਹੀਂ, ਬਸ ਇੰਨਾ ਹੀ ਹੈ। ਇਸ ਕਰਕੇ ਤੇਲ ਧਾਰਾ ਵੱਤ ਪੁਰਾਣੀ ਬੋਲੀ ਹੈ ਵੀ ਜਿਵੇਂ ਤੇਲ ਦੀ ਧਾਰ ਖਿੰਡਦੀ ਨਹੀਂ, ਇਉਂ ਇੱਕ ਟੱਕ ਸਮਾਧੀ ਲਾ ਕੇ ਮੋਨੀ ਬਾਬਾ ਬਣ ਕੇ ਬੈਠਾ ਰਹੇ ਵੀ ਬੋਲਦਾ ਨਹੀਂ ਕਿਸੇ ਨਾਲ, ਪਰ ਅੰਦਰੋਂ ਤਾਂ ਸੰਕਲਪ ਵਿਕਲਪ ਉਵੇਂ ਹੀ ਖੜੇ ਨੇ ਉਹਦੇ ਅੰਦਰ। ਇਸ ਕਰਕੇ ਸਿੱਧੋ ਜਿਹੜੇ ਸੰਕਲਪ ਵਿਕਲਪ ਨੇ ਬੰਦੇ ਦੇ ਚੁੱਪ ਰਹਿਣ ਨਾਲ ਨਹੀਂ ਮਰਦੇ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਇਹ ਬੰਨਾ ਪਾਠ ਹੈ, ਬੰਨਣ ਦਾ ਵਾਚਕ ਹੈ। ਜਿਵੇਂ ਪੰਡ ਬੰਨ ਲਈ, ਰੱਸੀ ਬੰਨ ਲਈ, ਪੱਟੀ ਬੰਨ ਲਈ, ਜਾਂ ਬੰਨਣਾ ਅੱਖਰ ਉਹੀ ਹੈ। ਤੋ ਜੇ ਬੰਨਾ ਕਹੀਏ, ਬੰਨਾ ਵੱਟ ਨੂੰ ਕਹਿੰਦੇ, ਖੇਤ ਦੀ ਵੱਟ, ਬੰਨਾ ਬਨੇਰੇ ਨੂੰ ਕਹਿੰਦੇ ਨੇ। ਇਸ ਪ੍ਰਕਾਰ ਇਹ ਜਿਹੜਾ ਬੰਨਾ, ਮਹਾਰਾਜ ਕਹਿੰਦੇ ਨਾ ਇਸੇ ਪ੍ਰਕਾਰ, ਸੋ ਇਹ ਜਿਹੜਾ ਬੰਨਾ ਅੱਖਰ ਹੈ ਇਹਦੀ ਵਰਤੋਂ ਕਰਨ ਦੀ ਜਗ੍ਹਾ 'ਤੇ ਬੰਨਾ ਅੱਖਰ ਕਰੋ। ਦੁੱਖ ਰੋਗ ਕਾ ਡੇਰਾ ਭੰਨਾ, ਜਿਹੜਾ ਪਰਮੇਸ਼ਰ ਦਿੱਤਾ ਬੰਨਾ, ਬੰਨਾ ਆਸਰੇ ਨੂੰ ਕਹਿੰਦੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭੁੱਖੇ ਰਹਿਣ ਨਾਲ ਭੁੱਖ ਨਹੀਂ ਉੱਤਰਦੀ, ਜਿੰਨੇ ਮਰਜ਼ੀ ਵਰਤ ਰੱਖ ਲਓ, ਜਿੰਨਾ ਮਰਜ਼ੀ ਵਰਤ ਰੱਖ ਲਏ ਬੰਦਾ ਉਹਦੀ ਭੁੱਖ ਨਹੀਂ ਉੱਤਰਦੀ, ਕਿਉਂਕਿ ਉਹਨੂੰ ਜੇ ਪਦਾਰਥ ਸਾਰੇ ਵੀ ਦੇ ਦਈਏ ਤਾਂ ਵੀ ਭੁੱਖ ਨਹੀਂ ਉੱਤਰਦੀ। ਫਿਰ ਵੀ ਭੁੱਖੇ ਰਹਿਣ ਨਾਲ ਇੱਥੇ ਬੰਨਾ ਪੂਰੀਆਂ ਭਾਰ ਦਾ ਮਤਲਬ ਹੈ, ਜੇ ਪੂਰੀਆਂ ਜਿਹੜੀਆਂ ਇੰਦਰੀਆਂ ਨੇ ਨਾ ਆਪਣੀਆਂ, ਇਹਨਾਂ ਨੂੰ ਆਪਾਂ ਜੇ ਬੰਨ ਲਈਏ, ਭਾਰ ਪਦਾਰਥਾਂ ਵੱਲੋਂ ਦਮਨ ਕਰ ਲਈਏ ਬਾਹਰੋਂ ਬਾਹਰੋਂ, ਇੰਦਰੀਆਂ ਨੂੰ ਰੋਕ ਲਓ, ਮੈਂ ਦੇਖਣਾ ਨਹੀਂ, ਅੱਖਾਂ ਘੁੱਟ ਕੇ ਬੰਦ ਕਰ ਲਓ ਅਤੇ ਟੀ ਵੀ ਚੱਲ ਰਿਹਾ ਹੈ, ਕੰਨ ਧਿਆਨ ਉੱਧਰ ਰੱਖਣਗੇ, ਮੈਂ ਦੇਖਣਾ ਨਹੀਂ ਗਾ। ਮਹਾਰਾਜ ਕਹਿੰਦੇ ਇਹ ਕੀ ਹੋਇਆ, ਇਹ ਰੁਕਦੀਆਂ ਕਿਤੇ ਇੰਦਰੀਆਂ, ਉਹ ਰੁਕਦੀਆਂ ਨੇ। ਜਿੰਨੀਆਂ ਮਰਜ਼ੀ ਇੰਦਰੀਆਂ ਨੂੰ ਪਦਾਰਥਾਂ ਵੱਲੋਂ ਰੋਕ ਲਓ, ਆਹ ਜਿਹੜੇ ਵਰਤ ਰੱਖਦੇ ਨੇ, ਸਵੇਰੇ ਵਰਤ ਰੱਖ ਲੈਣਗੇ, ਇਹਨਾਂ ਦੇ ਮੂੰਹ 'ਚ ਸਾਰਾ ਦਿਨ ਪਾਣੀ ਆਈ ਜਾਂਦਾ ਚੀਜ਼ਾਂ ਦੇਖ ਦੇਖ, ਵੀ ਕਦ ਹੁਣ ਟਾਈਮ ਜਿਹਾ ਹੋਊਗਾ ਖਾਈਏ ਇਹਨਾਂ ਨੂੰ, ਇਉਂ ਕਿਤੇ ਭੁੱਖ ਮਿਟਦੀ ਆ। ਪਦਾਰਥਾਂ ਦੀ ਭੁੱਖ ਨਹੀਂ ਮਿਟਦੀ, ਮਨ ਦੀ ਭੁੱਖ ਨਹੀਂ ਮਿਟਦੀ, ਜਿੰਨਾ ਮਰਜ਼ੀ ਇੰਦਰੀਆਂ ਨੂੰ ਰੋਕ ਲਓ ਤਾਂ ਨਹੀਂ ਮਨ ਦੀ ਭੁੱਖ ਮਿਟਦੀ। ਇਹ ਜ਼ਬਰਦਸਤੀ ਆਪਾਂ ਰੋਕਣ ਦਾ ਯਤਨ ਕਰਦੇ, ਤਰੀਕੇ ਨਾਲ ਨਹੀਂ ਰੋਕਦੇ, ਕਿਉਂਕਿ ਭੁੱਖ ਤਾਂ ਸਿਰਫ ਨਾਮ ਦੇ ਨਾਲ ਹੀ ਮਿਟਦੀ ਹੈ, ਨਾਮ ਬਿਨਾਂ ਭੁੱਖ ਨੇ ਮਿਟਣਾ ਨਹੀਂ ਹੈ। ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹੁਣ ਮਨ ਦੀ ਇਕਾਗਰਤਾ ਦੇ ਵਿੱਚ ਹਜ਼ਾਰਾਂ ਸਿਆਣਪਾਂ, ਹਜ਼ਾਰਾਂ ਕਿਤਾਬਾਂ ਦੀਆਂ ਸਿਆਣਪਾਂ, ਲੱਖਾਂ ਸਿਆਣਪਾਂ ਨਹੀਂ ਚੱਲਦੀਆਂ। ਜਿੰਨੇ ਮਰਜ਼ੀ ਲੈਕਚਰ ਸੁਣ ਲਓ, ਜਿੰਨੇ ਮਰਜ਼ੀ ਤੁਸੀਂ ਹੋਰ ਕਿਤਾਬਾਂ ਪੜ੍ਹ ਲਓ, ਇਉਂ ਤਾਂ ਸਿਆਣੇ ਬੰਦੇ ਦੁਨੀਆਂ 'ਚ ਇੰਨੇ ਬੈਠੇ ਨੇ, ਬਹੁਤ ਸਿਆਣੇ ਬੈਠੇ ਨੇ, ਪਰ ਫਿਰ ਵੀ ਮਨ ਦੀ ਇਕਾਗਰਤਾ ਨਹੀਂ ਹੁੰਦੀ। ਰਾਜਾ ਪਾਰਸਨਾਥ ਸਭ ਤੋਂ ਸਿਆਣਾ ਰਾਜਾ ਹੋਇਆ, ਜਿਹਨੇ ਦੁਨੀਆਂ ਦਾ ਕੋਈ ਰਾਜਾ ਛੱਡਿਆ ਨਹੀਂ, ਸਭ ਰਾਜੇ ਜਿੱਤ ਲਏ।
ਜਦੋਂ ਸਾਰੀ ਦੁਨੀਆਂ ਜਿੱਤ ਲਈ ਤਾਂ ਉਹ ਆਪਣੀ ਮਾਤਾ ਕੋਲ ਜਾ ਕੇ ਆਸ਼ੀਰਵਾਦ ਲੈਣ ਗਿਆ, ਚਰਨੀ ਹੱਥ ਲਾ ਕੇ ਕਹਿੰਦਾ ਮਾਤਾ ਤੇਰੀ ਕਿਰਪਾ ਹੋ ਗਈ, ਸਾਰੀ ਦੁਨੀਆਂ ਦੇ ਰਾਜੇ ਜਿੱਤ ਲਏ ਨੇ। ਤਾਂ ਉਹਦੀ ਮਾਤਾ ਕਹਿਣ ਲੱਗੀ ਇੱਕ ਰਾਜਾ ਨਹੀਂ ਜਿੱਤਿਆ ਗਿਆ ਤੇਤੋਂ, ਉਹ ਕੌਣ? ਕਹਿੰਦੇ ਮਨ ਰਾਜਾ ਸੁਲਤਾਨ। ਕਹਿੰਦੇ ਮਨ ਨੂੰ ਵੀ ਜਿੱਤ ਕੇ ਦਿਖਾਵਾਂਗਾ। ਕਹਿੰਦੀ ਜਿੱਤ ਕੇ ਦਿਖਾ, ਫਿਰ ਮੈਂ ਮੰਨਾਂਗੀ ਤੂੰ ਸਾਰੀ ਦੁਨੀਆਂ ਨੂੰ ਜਿੱਤਿਆ, ਮਨ ਜਿੱਤਿਆ ਜਗ ਜੀਤ। ਫਿਰ ਉਹ ਇੱਕ ਪਹਾੜੀ ਦੇ ਉੱਤੇ ਬਹਿ ਕੇ ਤਪੱਸਿਆ ਕਰਦਾ ਰਿਹਾ, ਕਿੰਨੇ ਸਾਲ ਤਪੱਸਿਆ ਕੀਤੀ, ਮਨ ਨਾ ਟਿਕਿਆ। ਇਉਂ ਦੁਨੀਆਂ ਨੂੰ ਮਾਰ ਮਾਰ ਕੇ ਤਾਂ ਜਿਹਨੂੰ ਮਰਜ਼ੀ ਜਿੱਤ ਲਓ, ਪਰ ਮਨ ਨੂੰ ਜਿੱਤ ਕੇ ਦਿਖਾਓਗੇ ਤਾਂ ਪਤਾ ਲੱਗਦਾ ਬੰਦੇ ਦਾ। ਜਦ ਨਾ ਜਿੱਤ ਸਕਿਆ ਮਨ ਨੂੰ ਤਾਂ ਲੱਕੜਾਂ ਚਿਣ ਕੇ ਚੀਖਾ ਬਣਾ ਕੇ ਉੱਤੇ ਬਹਿ ਕੇ ਅੱਗ ਲਾ ਕੇ ਸੜ ਕੇ ਮਰ ਗਿਆ, ਵੀ ਜਿੱਤਿਆ ਨਹੀਂ ਗਿਆ। ਸਿਆਣਪ ਨਾਲ ਮਨ ਨਹੀਂ ਜਿੱਤਿਆ ਜਾਂਦਾ। ਇਉਂ ਤਾਂ ਜਿਹੜੇ ਬੰਦੇ ਫਿਰ ਜਿਨ੍ਹਾਂ ਨੇ ਬਹੁਤ